ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲੇ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਥੈਂਕ ਯੂ ਤੇ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇੰਨੀਆਂ ਸਾਰੀਆਂ ਬੱਚੇ ਨੂੰ ਬਲੈਸਿੰਗ ਦਿੱਤੀਆਂ ਤੇ ਮੁਬਾਰਕਬਾਦ ਦਿੱਤੀਆਂ। ਤੁਹਾਨੂੰ ਸਭ ਨੂੰ ਮੁਬਾਰਕਾਂ, ਤੁਸੀਂ ਸਾਡੇ ਆਪਣੇ ਹੋ ਤੇ ਆਪਣੇ ਖੁਸ਼ ਨੇ ਤੇ ਅਸੀਂ ਵੀ ਖੁਸ਼ ਹਾਂ ਤੇ ਬਹੁਤ ਅੱਛਾ ਲੱਗਿਆ। ਦੇਖੋ ਜੀ, ਮੈਂ ਇੱਕ ਇੱਕ ਨੂੰ ਤੇ ਨਹੀਂ ਤੁਹਾਨੂੰ ਸਭ ਨੂੰ ਜਵਾਬ ਦਿੱਤਾ ਕਿਉਂਕਿ ਬਹੁਤ ਸਾਰੇ ਕਮੈਂਟ ਸੀ, ਲੇਕਿਨ ਸਭ ਨੂੰ ਇਕੱਠਾ ਹੀ ਕਹਿ ਰਹੀ ਹਾਂ ਕਿ ਬਹੁਤ ਬਹੁਤ ਥੈਂਕ ਯੂ। ਤੇ ਜੀ, ਅਸੀਂ ਓਟੀ ਚੋਂ ਲੈ ਆ ਰੂਮ ਵਿੱਚ ਕਿੱਟੀ ਨੂੰ ਤੇ ਹਰਜਸ ਲੈ ਕੇ ਬੈਠਾ ਬੇਬੀ ਨੂੰ ਝੋਲੀ ਵਿੱਚ, ਦੇਖ ਰਿਹਾ ਬੜੇ ਧਿਆਨ ਨਾਲ ਤੇ ਬਹੁਤ ਖੁਸ਼ ਹੈ ਤੇ ਅੱਖਾਂ ਵੀ ਇਹਦੀਆਂ ਨਮਜੀਆਂ ਹੋਈਆਂ ਹੋਈਆਂ ਨੇ ਖੁਸ਼ੀ ਦੇ ਨਾਲ। ਤੇ ਕਿੱਟੀ ਨੂੰ ਵੀ ਬਿਠਾਇਆ ਥੋੜ੍ਹੀ ਦੇਰ, ਡਾਕਟਰ ਨੇ ਬੋਲਿਆ ਸੀ ਤੇ ਮੈਨੂੰ ਡਾਕਟਰ ਦੱਸ ਰਹੀ ਹੈ ਕਿ ਘਬਰਾਓ ਨਹੀਂ, ਸਭ ਠੀਕ ਹੈ, ਬੇਬੀ ਵੀ ਠੀਕ ਹੈ, ਕਿੱਟੀ ਵੀ ਠੀਕ ਹੈ। ਤੇ ਜਸਪ੍ਰੀਤ ਬੈਠੀ ਹੋਈ ਹੈ ਬਾਹਰ, ਸਿਰ ਦਾ ਕੁਛ ਖਾਧਾ ਨਹੀਂ ਸੀ ਤੇ ਮੈਂ ਕਿਹਾ ਚੱਲ ਹੁਣ ਤੂੰ ਇੱਕ ਅਮਰੂਦ ਹੀ ਖਾ ਲੈ। ਤੇ ਹੁਣ ਹਰਜਸ ਦਾ ਸੀ ਹੋਮਵਰਕ ਮਿਲਿਆ ਹੋਇਆ, ਉਹ ਕਰਵਾ ਰਹੀ ਹੈ ਕਿਉਂਕਿ ਪੇਪਰ ਨਜ਼ਦੀਕ ਆਉਣ ਵਾਲੇ ਨੇ ਤੇ ਮਜਬੂਰੀ ਸੀ, ਜਸਪ੍ਰੀਤ ਨੇ ਆਉਣਾ ਤੇ ਬਹੁਤ ਜ਼ਰੂਰੀ ਸੀ ਨਾ, ਇਸ ਕਰਕੇ ਆਉਣਾ ਹੀ ਪਿਆ। ਤੇ ਹੁਣ ਨਾਲ ਹੀ ਲਈ ਹੈ ਬੁੱਕਸ, ਹਰਜਸ ਨੂੰ ਕੰਮ ਕਰਵਾ ਰਹੀ ਹੈ, ਤੁਸੀਂ ਦੇਖ ਸਕਦੇ ਹੋ। ਪੜ੍ਹਾਈ ਵੀ ਜ਼ਰੂਰੀ ਹੈ ਨਾ ਬੱਚਿਆਂ ਦੀ, ਫਿਰ ਵਿਚਾਰੇ ਤੇ ਬਹੁਤ ਜ਼ਿਆਦਾ ਬਰਡਨ ਹੋ ਜਾਂਦਾ ਜਦ ਸਾਰਾ ਹੋਮਵਰਕ ਇਕੱਠਾ ਹੋ ਜਾਂਦਾ ਹੈ ਤੇ ਪੇਪਰ ਵੀ ਨਜ਼ਦੀਕ ਆ ਰਹੇ ਨੇ। ਤੇ ਜੀ ਰੰਮੀ, ਰੰਮੀ ਕੀ ਕਰ ਰਹੀ ਹੈ, ਪਰਾਂਠਾ ਲਿਆਈ ਸੀ ਮੈਂ ਘਰੋਂ, ਪਰਾਂਠੇ ਲਿਆਈ ਸੀ ਮੇਥੀ ਵਾਲੇ ਸਭ ਵਾਸਤੇ। ਤੇ ਕਰ ਰਹੀ ਹੈ ਗਰਮ, ਗਰਮ ਕਰਨ ਦਾ ਤਰੀਕਾ ਦੇਖੋ, ਹੋਰ ਇੱਥੇ ਕੁਛ ਹੈਗਾ ਨਹੀਂ ਸੀ ਤੇ ਰੂਮ ਹੀਟਰ ਨਾਲ ਹੀ ਗਰਮ ਕਰ ਰਹੀ ਹੈ ਪਰਾਂਠਾ ਤੇ ਦੇ ਰਹੀ ਹੈ ਬੇਬੀ ਦੀ ਦਾਦੀ ਨੂੰ, ਕਿਉਂਕਿ ਠੰਡੇ ਪਰਾਂਠੇ ਅੱਛੇ ਨਹੀਂ ਲੱਗਦੇ। ਐਲੋ ਜੀ ਘੁਮਾ ਘੁਮਾ ਕੇ ਕਰ ਰਹੀ ਹੈ, ਮੈਂ ਕਿਹਾ ਇੱਕ ਇੱਕ ਪਰਾਂਠਾ ਖਾ ਲਓ ਸਾਰੇ ਤੇ ਥੋੜ੍ਹਾ ਜਿਹਾ ਤੁਹਾਡਾ ਨਾਸ਼ਤਾ ਹੋ ਜਾਏਗਾ। ਚਲੋ ਜੀ, ਇਹਨੂੰ ਹੁਣ ਸਵਾਰੇ ਹਾਂ ਅਸੀਂ ਕਿ ਸੋ ਜੇ ਆਰਾਮ ਦੇ ਨਾਲ। ਵੈਸੇ ਮੈਂ ਫੇਸ ਦਿਖਾ ਦੇਣਾ ਸੀ ਪਰ ਮੈਂ ਕਿਹਾ ਕੋਈ ਇਹਨਾਂ ਨੂੰ ਓਬਜੈਕਸ਼ਨ ਨਾ ਹੋਵੇ, ਦਾਦਕਿਆਂ ਨੂੰ ਕਹਿ ਰਹੇ ਸੀ ਹਾਲੇ ਫੇਸ ਨਹੀਂ ਦਿਖਾਉਣਾ। ਤੇ ਜੀ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਬੜੀ ਜਲਦੀ ਦਿਖਾਵਾਂਗੇ ਤੁਹਾਨੂੰ ਬੇਬੀ। ਤੇ ਫਿਰ ਮਿਲਦੇ ਹਾਂ ਜੀ ਇੱਕ ਨਵੇਂ ਬਲੌਗ 'ਚ ਬੇਬੀ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।